ਕਰਨਾ ਜ਼ਰੂਰੀ ਹੈ। ਕਰ ਦਿੰਦੇ ਤੇ ਜੇ ਤੁਸੀਂ ਸ਼ਰਧਾ ਨਾਲ ਗੁਰੂ ਘਰ ਵਿੱਚ ਕੋਈ ਖਾਣ ਪੀਣ ਦਾ ਸਮਾਨ ਜਾਂ ਫਿਰ ਸਬਜ਼ੀ ਆਦਿ ਭੇਟ ਕਰੋ, ਪਰ ਸੜਕ ਤੇ ਪਏ ਵੱਡੇ ਵੱਡੇ ਟੋਇਆਂ ਕਾਰਨ ਉਹ ਸਾਰਾ ਸਮਾਨ ਨਾਲੇ ਦੇ ਗੰਦੇ ਪਾਣੀ ਵਿੱਚ ਡਿੱਗ ਜਾਵੇ ਤਾਂ ਤੁਹਾਡਾ ਮਨ ਕੀ ਕਹੇਗਾ, ਕਿਸ ਨੂੰ ਕੋਸੋਗੇ? ਅਤੇ ਜੇਕਰ ਉਹੀ ਸੜਕ ਕਿਸੇ ਲੀਡਰ ਮੰਤਰੀ ਜਾਂ ਫਿਰ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਇੱਕ ਜਾਂ ਦੋ ਦਿਨ ਲਈ ਬਣਾ ਦਿੱਤੀ ਜਾਵੇ ਤਾਂ ਤੁਹਾਡਾ ਮਨ ਕੀ ਕਹੇਗਾ? ਤੇ ਤਸਵੀਰਾਂ ਕੁਝ ਇਸੇ ਕਹਾਣੀ ਨੂੰ ਬਿਆਨ ਕਰਦੀਆਂ ਨੇ। ਦਰਅਸਲ ਤਸਵੀਰਾਂ ਨਾਭਾ ਦੇ ਭਵਾਨੀ ਗੜ੍ਹਦੀਆਂ ਨੇ, ਜਿੱਥੇ ਕਿ ਕਿਸੇ ਵਿਅਕਤੀ ਵੱਲੋਂ ਬੜੀ ਹੀ ਸ਼ਰਧਾ ਭਾਵਨਾ ਨਾਲ ਦੋ ਟਰਾਲੀਆਂ ਪੇਠੇ ਦੀਆਂ ਗੁਰਦੁਆਰਾ ਸਾਹਿਬ ਵਿਖੇ ਦਾਨ ਦਿੱਤੀਆਂ ਗਈਆਂ ਸੀ, ਤਾਂ ਕਿ ਪੇਠਾ ਕਿਸੇ ਭੁੱਖੇ ਅਤੇ ਕਿਸੇ ਗਰੀਬ ਦੇ ਮੂੰਹ ਵਿੱਚ ਪੈ ਜਾਵੇ। ਪਰ ਜਿਵੇਂ ਹੀ ਉਹ ਵੀਰ ਇਹ ਪੇਠਾ ਲੈ ਕੇ ਸੜਕ ਤੇ ਚੜਿਆ ਤਾਂ ਉਸ ਦੀ ਗੱਡੀ ਇਸ ਸੜਕ ਤੇ ਖੜੇ ਗੰਦੇ ਨਾਲੇ ਦੇ ਪਾਣੀ ਵਿੱਚ ਪਲਟ ਗਈ। ਕਰਵਾ ਦਿੰਦੇ ਕੋਈ ਨਹੀਂ, ਇਹਦਾ ਉਹ ਵੀ ਕਰਨਾ ਜ਼ਰੂਰੀ ਹੈ। ਆਲੇ ਦੁਆਲੇ ਦੇ ਲੋਕਾਂ ਨੇ ਜਿਵੇਂ ਹੀ ਇਹ ਸਭ ਦੇਖਿਆ ਤਾਂ ਉਹਨਾਂ ਨੇ ਗੱਡੀ ਨੂੰ ਸਿੱਧਾ ਕੀਤਾ, ਪੇਠੇ ਨੂੰ ਇਕੱਠਾ ਕੀਤਾ ਅਤੇ ਧੋ ਕੇ ਦੁਬਾਰਾ ਗੁਰੂ ਘਰ ਪੁੱਜਦਾ ਕੀਤਾ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਵੋਟਾਂ ਤੋਂ ਪਹਿਲਾਂ ਇਸ ਸੜਕ ਨੂੰ ਇੱਕ ਦਿਨ ਲਈ ਬਣਾ ਦਿੱਤਾ ਗਿਆ, ਪਰ ਹੁਣ ਇਸ ਦਾ ਮੁੜ ਤੋਂ ਉਹੀ ਹਾਲ ਹੋ ਗਿਆ ਹੈ। ਗੰਦਾ ਪਾਣੀ ਸੜਕ ਤੇ ਹਰ ਟਾਈਮ ਖੜਿਆ ਰਹਿੰਦਾ ਹੈ, ਜਿਸ ਨਾਲ ਉਹ ਲੀਡਰਾਂ ਅਤੇ ਸੰਬੰਧਿਤ ਵਿਭਾਗਾਂ ਨੂੰ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਨੇ, ਪਰ ਕੋਈ ਵੀ ਇਸ ਸਮੱਸਿਆ ਨੂੰ ਸਮੱਸਿਆ ਮੰਨਣ ਨੂੰ ਤਿਆਰ ਨਹੀਂ ਹੈ। ਕਿਸੇ ਬੰਦੇ ਨੇ ਗੁਰੂ ਘਰ ਵਾਸਤੇ ਪੇਠਾ ਦਾਨ ਕੀਤਾ ਸੀ, ਦੋ ਟਰਾਲੀਆਂ। ਉਹ ਵਿਚਾਰਾ ਇੱਧਰੋਂ ਲੈ ਕੇ ਆ ਰਿਹਾ ਸੀ, ਕੋਈ ਡਰਾਈਵਰ ਸੀ, ਵੱਡੇ ਗੁਰੂ ਘਰ ਜਾਣਾ ਸੀਗਾ, ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਘਰ ਭਵਾਨੀਗੜ੍ਹ। ਉਰੇ ਆ ਕੇ ਜੀ ਇਹ ਟੋਏ ਬਹੁਤ ਪਏ ਹੈਗੇ, ਪਾਣੀ ਖੜ੍ਹਾ ਗੰਦਾ, ਇਹ 'ਚ ਆ ਕੇ ਟਰਾਲੀ ਪਲਟ ਗਈ। ਜਦ ਟਰਾਲੀ ਪਲਟ ਗਈ ਜੀ, ਉਹ ਵਿਚਾਰਾ ਰੋਣ ਵਾਲਾ ਹੋ ਗਿਆ ਬੰਦਾ। ਅਸੀਂ ਨੇ ਸਾਰਿਆਂ ਨੇ ਜੀ ਉਰੇ ਕੱਪੜੇ ਕੱਢ ਕੇ ਇਹ ਟਰਾਲੀ ਸਿੱਧੀ ਕਰਾਈ ਹੈ, ਪੇਠਾ ਇੱਧਰਲੇ ਵੈਸੇ ਢੇਰ ਲੱਗਿਆ ਪਿਆ। ਉਹ ਤੋਂ ਬਾਅਦ ਜੀ ਉਹ ਇੱਕ ਟਰਾਲੀ ਦਾ ਲੈ ਗਿਆ ਗੁਰੂ ਘਰ। ਅਸੀਂ ਤਾਂ ਹੀ ਖੜ੍ਹੇ ਹਾਂ ਉਰੇ ਵੀ ਇਹ ਪੇਠਾ ਜਿਹੜਾ ਹੈਗਾ ਧੋ ਧੂ ਕੇ ਇਹ ਦੁਬਾਰਾ ਟਰਾਲੀ ਭਰ ਕੇ ਰੱਖਿਆ ਜੀ ਗੁਰੂ ਘਰ ਦੇ ਵਾਸਤੇ, ਕਾਰ ਸੇਵਾ ਵਾਲੇ ਬਾਬਿਆਂ ਨੇ ਉੱਥੇ ਲੈ ਕੇ ਜਾਣਾ ਸੀਗਾ ਹਜ਼ੂਰ ਸਾਹਿਬ ਜੀ। ਰੋਡ ਤਾਂ ਜੀ ਇਹ ਜਿਹੜਾ ਪਿੰਡ ਹੈਗਾ ਇੱਧਰਲੇ ਪਾਸੇ, ਕਿਹੜਾ ਪਿੰਡ ਹੈ ਇਹ ਬਾਹਰ ਜੀ ਇੱਧਰ, ਉਹਦਾ ਸਾਰਾ ਪਾਣੀ ਉਰੇ ਸੜਕ 'ਤੇ ਆਉਂਦਾ ਜੀ। ਅਸੀਂ ਪ੍ਰਸ਼ਾਸਨ ਨੂੰ ਬਥੇਰਾ ਕਿਹਾ ਜੀ, ਉਹ ਕਮੇਟੀ 'ਚ ਵੀ ਜਾ ਕੇ ਬੇਨਤੀ ਕਰੀ ਹੈ ਜੀ, ਕੋਈ ਨਹੀਂ ਸਾਡੀ ਸੁਣਦਾ ਜੀ। ਜਿਸ ਦਿਨ ਜੀ ਹੁਣ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਜੀ, ਪਤਾ ਨਹੀਂ ਕਿੱਥੇ ਇਹਨਾਂ ਨੇ ਪਾਣੀ ਕੱਢ ਕੇ ਜੀ ਉਰੇ ਰੋੜੀ ਲਿਆ ਕੇ ਪਾਤੀ ਜੀ, ਇੱਕ ਦਿਨ ਸੁੱਕਾ ਰਿਹਾ ਜੀ ਉਰੇ। ਜਦ ਉਹਨਾਂ ਨੇ ਵੋਟਾਂ ਦਾ ਟਾਈਮ ਲੰਘ ਗਿਆ ਜੀ, ਉਹ ਤੋਂ ਬਾਅਦ ਦੂਏ ਦਿਨ ਉਰੇ ਪਾਣੀ ਫਿਰ ਇੱਕ ਦੁਕਾਨ ਵਾਲਾ ਜੀ ਉਹ ਪਾਣੀ ਸਾਰਾ ਨਾਲਾ ਉੱਥੇ ਰੋਕਦਾ ਜੀ।
ਦੁਕਾਨ ਵਾਲਾ ਜੀ ਸਾਹਮਣੇ ਉਹਨੇ ਸਾਰਾ ਹੀ ਨਾਲਾ ਰੋਕਿਆ ਪਿਆ ਜੀ, ਪਾਣੀ ਪਹਿਲਾਂ ਪਰਾਂ ਨੂੰ ਲੰਘਦਾ ਸੀ ਜੀ। ਉਹ ਤੋਂ ਬਾਅਦ ਜੀ ਅਸੀਂ ਨੇ ਇੱਕ ਵਾਰੀ ਪੈਸੇ ਇਕੱਠੇ ਕਰਕੇ ਜੀ ਉੱਥੇ ਪੈਪ ਵੀ ਪਵਾਤਾ ਸੀ, ਉਹ ਪੈਪ ਨੂੰ ਬੰਦ ਕਰ ਦਿੰਦਾ ਦੁਬਾਰਾ ਜੀ। ਉਹ ਤੋਂ ਬਾਅਦ ਅਸੀਂ ਨੇ ਬੇਨਤੀ ਕਰੀ ਜੀ ਕਮੇਟੀ ਵਾਲਿਆਂ ਨੂੰ ਵੀ 5-4 ਪੈਪ ਪਾਉਂਗੇ ਅੱਗੇ ਸੀਵਰੇਜ ਭਾਨੀਗੜ੍ਹ ਵਾਲਾ ਕਾਰ ਸੇਵਾ ਗੁਰੂ ਘਰ ਤੱਕ ਪਿਆ ਹੋਇਆ ਜੀ। ਇਹ ਤਾਂ ਜੀ ਨਰਕ ਵਾਲਾ ਕੰਮ ਹੋਇਆ ਪਿਆ ਜੀ, ਉਰੇ ਦੁਕਾਨਾਂ ਦੇ ਵਿੱਚ ਸੁੰਡ ਵੜਦੇ ਆ ਜੀ, ਨਿਕਲ ਨਿਕਲੇ ਗੰਦੇ ਪਾਣੀ ਚੋਂ ਜੀ। ਦੁਕਾਨਾਂ ਸਾਰੀਆਂ ਫੇਲ ਹੋ ਗਈਆਂ, ਸਾਰੀਆਂ ਦੁਕਾਨਾਂ ਫੇਲ ਹੋ ਗਈਆਂ ਜਿੰਨੀਆਂ ਸਾਰੀਆਂ ਮਾਰਕੀਟ ਇਹਦੇ ਕਰਕੇ ਸਜਣੀਆਂ ਸਾਰੀਆਂ ਦੁਕਾਨਾਂ ਚੱਕੇ ਗਏ। ਦੁਕਾਨਦਾਰੀ ਆ ਉਹਦੀ, ਉਹ ਵਿਚਾਰੇ ਸਾਰੀ ਦੁਕਾਨਦਾਰੀ ਫੇਲ ਹੋ ਗਈ ਜੀ। ਲਵੇ ਪਰਚੂਨ ਦੀਆਂ ਦੁਕਾਨਾਂ ਜੀ, ਜੇ ਤਾਂ ਪਾਣੀ ਉੱਧਰਲੇ ਪਾਸੇ ਨਾਭਾ ਰੋਡ ਤੇ ਸੁੱਕ ਜਾਂਦਾ ਜੀ, ਫਿਰ ਤਾਂ ਮਿੱਟੀ ਨਹੀਂ ਉਹਨਾਂ ਨੂੰ ਜੂਣ ਦਿੰਦੀ, ਮਿੱਟੀ ਉਡ ਉਡ ਉਹਨਾਂ ਪਰ ਪੈਂਦੀ ਆ, ਨਹੀਂ ਤਾਂ ਇਹ ਘਰਾਂ ਦਾ ਪਾਣੀ ਸਾਰਾ ਉੱਤੇ ਕੱਟ ਉਰੇ ਜੀ। ਮੈਨੂੰ ਲੱਗਦੀ ਆ ਵੀ ਹਜ਼ਾਰਾਂ ਦੇ ਕਰੀਬ ਗੱਡੀਆਂ ਟੁੱਟ ਗਈਆਂ ਜੀ, ਇਹਨਾਂ ਉਰੇ ਸਮਾਨ ਇਕੱਠਾ ਕਰਕੇ ਕਬਾੜੀਆਂ ਲੈ ਕੇ ਜਾਂਦੇ ਆ ਟੁੱਟਿਆ ਵਾ ਸਮਾਨ। ਹਾਂਜੀ ਅਸੀਂ ਤਾਂ ਇਹ ਹਾਂਜੀ ਇਹ ਗੁਰੂ ਘਰ ਜਾਣ ਵਾਸਤੇ ਅਸੀਂ ਖੜੇ ਆ ਜੀ, ਗੁਰੂ ਘਰ ਲੈ ਕੇ ਧੋ ਧੋ ਕੇ ਉੱਥੇ ਟਰਾਲੀ ਭਰ ਕੇ ਲੈ ਕੇ ਜਾਣੀ ਆ ਜੀ, ਵੀ ਜੇ ਬਾਬਾ ਜੀ ਦਾ ਹੁਕਮ ਹੋਇਆ ਤਾਂ ਲੰਗਰ ਦੇ ਵਿੱਚ ਭੇਜੂਗੇ, ਨਹੀਂ ਤਾਂ ਜੀ ਫਿਰ ਖਰਾਬ ਹੋ ਗਿਆ ਜੀ। ਤੇ ਹੁਣ ਭਾਵੇਂ ਸੰਗਤਾਂ ਨੇ ਪੇਠੇ ਨੂੰ ਧੋ ਸਵਾਰ ਕੇ ਮੁੜ ਤੋਂ ਗੁਰੂ ਘਰ ਪੁੱਜਦਾ ਕਰ ਦਿੱਤਾ ਹੈ, ਹੋ ਸਕਦਾ ਹੈ ਕਿ ਗੁਰੂ ਘਰ ਵਿੱਚ ਇਸ ਪੇਠੇ ਨੂੰ ਬਣਾਉਣ ਤੋਂ ਇਨਕਾਰ ਵੀ ਕਰ ਦਿੱਤਾ ਗਿਆ ਹੋਵੇ, ਕਿਉਂਕਿ ਗੰਦੇ ਨਾਲੇ ਦੇ ਪਾਣੀ ਵਿੱਚ ਡਿੱਗਿਆ ਪੇਠਾ ਸੰਗਤ ਵਿੱਚ ਵਰਤਾਉਣਾ ਵੀ ਠੀਕ ਨਹੀਂ। ਅਜਿਹੇ 'ਚ ਉਸ ਵੀਰ ਦਾ ਮਨ ਕੀ ਕਹਿੰਦਾ ਹੋਵੇਗਾ ਜਿਸ ਨੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਪੇਠਾ ਗੁਰੂ ਘਰ ਦੇਣ ਦਾ ਮਨ ਬਣਾਇਆ ਸੀ। ਭਵਾਨੀਗੜ੍ਹ ਤੋਂ ਅਮਨਦੀਪ ਸਿੰਘ ਮਾਝਾ, ਸੈਂਟਰਲ ਪੰਜਾਬ ਟੀਵੀ।